ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿੱਚੋਂ ਜਿੱਥੇ ਇਸ ਵਾਰ ਵੀ ਕੁੜੀਆਂ ਨੇ ਮੱਲਾਂ ਮਾਰੀਆਂ ਨੇ, ਉੱਥੇ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਇਹਨਾਂ ਨਤੀਜਿਆਂ ਵਿੱਚ ਲੁਧਿਆਣਾ ਦੀ ਅਦਿਤੀ ਨੇ 650 ਵਿੱਚੋਂ 650 ਅੰਕ ਪ੍ਰਾਪਤ ਕਰਕੇ ਪੂਰੇ ਪੰਜਾਬ ਵਿੱਚੋਂ ਟੌਪ ਕੀਤਾ ਹੈ। ਜਦਕਿ ਅਦਿਤੀ ਦੀ ਹੀ ਸਕੂਲ ਦੀ ਇੱਕ ਹੋਰ ਵਿਦਿਆਰਥਣ ਅਲੀਸ਼ਾ ਨੇ ਦੂਸਰਾ ਅਤੇ ਬਾਬਾ ਬਕਾਲਾ ਦੀ ਵਿਦਿਆਰਥਣ ਕਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। ਫਗਵਾੜਾ ਦੀ ਅਗਰ ਗੱਲ ਕਰੀਏ ਤਾਂ ਫਗਵਾੜਾ ਦੇ ਸਰਕਾਰੀ ਕੰਨਿਆ ਹਾਈ ਸਕੂਲ ਚਾਚੋਗੀ ਦੀ ਵਿਦਿਆਰਥਣ ਪ੍ਰਭਜੀਤ ਕੌਰ ਨੇ ਪੰਜਾਬ ਵਿੱਚੋਂ 16ਵਾਂ ਸਥਾਨ ਅਤੇ ਸਕੂਲ ਵਿੱਚੋਂ 630 ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਭਜੀਤ ਕੌਰ ਦੀ ਇਸ ਉਪਲਬਧੀ ਤੋਂ ਬਾਅਦ ਜਿੱਥੇ ਸਕੂਲ ਸਟਾਫ ਅਤੇ ਉਸਦੇ ਮਾਤਾ ਪਿਤਾ ਵੱਲੋਂ ਪ੍ਰਭਜੀਤ ਕੌਰ ਦਾ ਮੂੰਹ ਮਿੱਠਾ ਕਰਵਾਇਆ ਗਿਆ, ਉੱਥੇ ਪ੍ਰਭਜੀਤ ਕੌਰ ਨੇ ਇਸ ਦਾ ਸਿਹਰਾ ਆਪਣੇ ਮਾਤਾ ਪਿਤਾ ਅਤੇ ਸਕੂਲ ਸਟਾਫ ਦੇ ਸਿਰ ਬੰਨਿਆ। ਉਹਨਾਂ ਕਿਹਾ ਕਿ ਇਸ ਪਿੱਛੇ ਉਹਨਾਂ ਦੇ ਸਕੂਲ ਦੇ ਮਿਹਨਤੀ ਸਟਾਫ ਅਤੇ ਮਾਤਾ ਪਿਤਾ ਦਾ ਪੂਰਾ ਯੋਗਦਾਨ ਹੈ। ਉਸਨੇ ਹੋਰਨਾਂ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਪੜ੍ਹ ਲਿਖ ਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਆ। ਮੈਂ ਪ੍ਰਭਜੀਤ ਕੌਰ, ਡਾਟਰ ਆਫ ਜਸਵੰਤ ਸਿੰਘ, ਸਰਕਾਰੀ ਕੰਨਿਆ ਹਾਈ ਸਕੂਲ ਚਾਚੋਗੀ ਵਿਖੇ ਇੱਥੇ ਪੜ੍ਹਦੀ ਸੀ ਅਤੇ ਇੱਥੇ ਦੇ ਸਾਰੇ ਟੀਚਰਸ ਬਹੁਤ ਵਧੀਆ ਆ। ਸਾਡੇ ਹੈੱਡ ਸਰ, ਇਹਨਾਂ ਨੇ ਸਾਨੂੰ ਬਹੁਤ ਮੋਟੀਵੇਟ ਕੀਤਾ ਕਿ ਤੁਹਾਡੀ ਮੈਰਿਟ ਆਵੇ, ਅਤੇ ਇਸ ਕਰਕੇ ਸਾਡੀ ਮੈਰਿਟ ਆਈ ਵੀ। ਉਹਨਾਂ ਨੇ ਬਹੁਤ ਮੋਟੀਵੇਟ ਕੀਤਾ, ਸਾਡੀਆਂ ਕਲਾਸਾਂ ਵੀ ਲੈਂਦੇ ਸੀਗੇ ਅਤੇ ਹਮੇਸ਼ਾ ਸਾਰੇ ਬੱਚਿਆਂ ਨੂੰ ਮੋਟੀਵੇਟ ਕਰਦੇ ਸੀ। ਇਹ ਨਹੀਂ ਕਿ ਵਿੱਚ ਇੱਕ ਆਵੇ ਜਾਂ ਦੋ ਆਵੇ, ਉਹਨਾਂ ਨੇ ਸਾਰਿਆਂ ਨੂੰ ਮੋਟੀਵੇਟ ਕੀਤਾ। ਉਸ ਤੋਂ ਬਾਅਦ ਜੇ ਗੱਲ ਆਵੇ ਸਟਾਫ ਦੀ ਤਾਂ ਉਹਨਾਂ ਨੇ ਵੀ ਬਹੁਤ ਸਾਨੂੰ ਮੋਟੀਵੇਟ ਕੀਤਾ। ਇਹ ਨਹੀਂ ਕਿ ਇਕੱਲੇ ਇੱਕ ਬੱਚੇ ਨੂੰ, ਜੇ ਕਿਸੇ ਨੂੰ ਨਹੀਂ ਆਉਂਦਾ ਸਮਝ ਤਾਂ ਉਹ ਦੁਬਾਰਾ ਸਮਝਾਉਂਦੇ ਆ, ਗੁੱਸਾ ਕਦੇ ਵੀ ਨਹੀਂ ਕਰਦੇ। ਅਤੇ ਮੇਰੇ ਇੰਚਾਰਜ ਮੈਮ ਸੁਨੀਤਾ ਮੈਮ, ਇਹਨਾਂ ਨੇ ਤਾਂ ਹਮੇਸ਼ਾ ਹੀ ਮੈਨੂੰ ਆਪਣੀ ਬੇਟੀ ਮੰਨਿਆ ਆ ਅਤੇ ਇਹਨਾਂ ਨੇ ਹਮੇਸ਼ਾ ਇਹੀ ਵਿਸ਼ਵਾਸ ਕੀਤਾ ਸੀ ਮੇਰੀ ਮੈਰਿਟ ਆਉਣੀ ਆਉਣੀ ਆ। ਮੈਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਮੇਰੀ ਮੈਰਿਟ ਆਊਗੀ, ਪਰ ਮੈਮ ਨੇ ਬਹੁਤ ਵਿਸ਼ਵਾਸ ਕੀਤਾ। ਥੈਂਕ ਯੂ ਆਲ ਟੀਚਰਸ। ਇਹਦੇ ਪਿੱਛੇ ਮੇਰੇ ਪੇਰੈਂਟਸ ਨੇ ਵੀ ਬਹੁਤ ਮਿਹਨਤ ਕੀਤੀ, ਉਹਨਾਂ ਨੇ ਵੀ ਹਮੇਸ਼ਾ ਕਿਹਾ ਵੀ ਤੁਸੀਂ ਪੜ੍ਹੋ ਪੜ੍ਹੋ, ਪੜ੍ਹ ਕੇ ਹੀ ਤੁਸੀਂ ਅੱਗੇ ਲਾਈਫ 'ਚ ਵਧੀਆ ਬਣੋਗੇ। ਮੇਰੇ ਪਾਪਾ ਵੀ ਠੀਕ ਨਹੀਂ ਰਹਿੰਦੇ, ਪਰ ਫਿਰ ਵੀ ਉਹਨਾਂ ਨੇ ਹਮੇਸ਼ਾ ਕਹਿੰਦੇ ਆ ਕਿ ਪੜ੍ਹੋ, ਬਸ ਤੁਹਾਡੀ ਪੜ੍ਹਾਈ ਜ਼ਰੂਰੀ ਆ। ਬੇਟਾ, ਟੋਟਲ ਅੰਕ ਕਿੰਨੇ ਪ੍ਰਾਪਤ ਕੀਤੇ ਤੁਸੀਂ? ਮੇਰੇ ਟੋਟਲ 630 ਮਾਰਕਸ ਆਏ ਆ ਅਤੇ ਪੰਜਾਬ ਵਿੱਚ 16ਵੀਂ ਰੈਂਕ। ਅਤੇ ਇਹਦਾ ਸ਼੍ਰੇਅ ਤੁਸੀਂ ਕਿਹਨੂੰ ਦੇ ਰਹੇ ਹੋ ਆਪਣੇ? ਇਹਦਾ ਸ਼੍ਰੇਅ ਮੇਰੇ ਆਲ ਟੀਚਰਸ, ਖਾਸ ਕਰਕੇ ਪ੍ਰਿੰਸੀਪਲ ਸਰ, ਪੇਰੈਂਟਸ। ਮਾਤਾ ਪਿਤਾ ਨੂੰ ਕੀ ਕਹਿਣਾ ਚਾਹੁੰਦੇ ਆ? ਮਾਤਾ ਪਿਤਾ ਨੂੰ ਕੁਛ ਵੀ ਨਹੀਂ, ਮੈਂ ਬਸ ਇੰਨਾ ਹੀ ਕਹੂੰਗੀ ਕਿ ਬਸ ਉਹਨਾਂ ਨੇ ਹਮੇਸ਼ਾ ਮੇਰੀ ਮਿਹਨਤ ਨੂੰ ਮਤਲਬ ਸਫਲ ਕੀਤੀ ਆ, ਹਮੇਸ਼ਾ ਸਲਾਹਿਆ ਆ ਅਤੇ ਹੁਣ ਵੀ ਇੱਦਾਂ ਹੀ ਬਸ ਕਰਦੇ ਆ। ਬੇਟਾ ਗਾਂ ਕੀ ਕਰਦੇ? ਬੇਟਾ ਗਾਂ ਕੀ ਕਰਾਉਣਾ ਤੁਸੀਂ? ਆਪਣਾ ਮੈਂ ਨੌਨ ਮੈਡੀਕਲ ਕਰਨਾ ਚਾਹੁੰਦੀ। ਉੱਧਰ ਸਕੂਲ ਦੇ ਸਟਾਫ ਅਤੇ ਹੋਰਨਾਂ ਪਤਵੰਤਿਆਂ ਨੇ ਵੀ ਪ੍ਰਭਜੀਤ ਕੌਰ ਨੂੰ ਹਾਰਦਿਕ ਵਧਾਈਆਂ ਦਿੱਤੀਆਂ, ਜਿਸ ਨੇ ਆਪਣਾ ਹੀ ਨਹੀਂ ਸਗੋਂ ਸਕੂਲ ਦਾ ਨਾਂ ਵੀ ਰੌਸ਼ਨ ਕੀਤਾ ਹੈ। ਪ੍ਰਭਜੀਤ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ, ਜਿਹੜੇ ਕਿ ਪੰਜਾਬ ਵਿੱਚ 16ਵਾਂ ਨੰਬਰ ਅਤੇ ਕਪੂਰਥਲੇ ਜ਼ਿਲ੍ਹੇ ਵਿੱਚ ਦੂਜੇ ਨੰਬਰ 'ਤੇ ਆ ਕੇ ਇਸ ਸਕੂਲ ਦਾ ਨਾਮ ਚੁਕਵਾਇਆ, ਅਤੇ ਨਾਲ ਆਪਣੇ ਪੇਰੈਂਟਸ ਦਾ ਅਤੇ ਸਾਰੇ ਹੀ ਟੀਚਰਸ ਦਾ, ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬੱਚੇ ਨੂੰ, ਅਤੇ ਮੈਂ ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਬਹੁਤ ਬਹੁਤ ਪ੍ਰਭਜੀਤ ਨੂੰ ਮੁਬਾਰਕਾਂ ਦਿੰਦਾ। ਅੱਜ ਪੰਜਾਬ ਸਿੱਖਿਆ ਬੋਰਡ ਦਾ 10ਵੀਂ ਕਲਾਸ ਦਾ ਨਤੀਜਾ ਨਿਕਲਿਆ ਹੈ, ਜਿਸ ਦੇ ਵਿੱਚ ਸਕੂਲ ਨੂੰ ਇੱਕ ਵਾਰ ਫਿਰ ਮਾਣ ਭਰਿਆ ਸਮਾਂ ਮਿਲਿਆ ਆ। ਸਾਡੇ ਸਕੂਲ ਦੀ ਵਿਦਿਆਰਥਣ ਪ੍ਰਭਜੀਤ ਕੌਰ, ਡਾਟਰ ਆਫ ਜਸਵੰਤ ਸਿੰਘ, ਇਹਨੇ 630 ਨੰਬਰ ਪ੍ਰਾਪਤ ਕੀਤੇ 650 ਦੇ ਵਿੱਚੋਂ। ਇਹਦੇ ਨਾਲ ਪੰਜਾਬ ਦੀ ਜਿਹੜੀ ਮੈਰਿਟ ਸੂਚੀ ਆ ਉਹਦੇ ਵਿੱਚ 16ਵਾਂ ਰੈਂਕ ਪ੍ਰਾਪਤ ਕੀਤਾ ਆ। ਇਹ ਬਹੁਤ ਖੁਸ਼ੀ ਦੀ ਗੱਲ ਆ ਸਾਰੇ ਸਟਾਫ ਨੂੰ ਅਤੇ ਜਿੰਨੇ ਵੀ ਬੱਚੇ 10ਵੀਂ ਦੇ ਪੜ੍ਹਦੇ ਸੀ, ਜਿਨ੍ਹਾਂ ਦਾ ਰਿਜ਼ਲਟ ਕੱਲ੍ਹ ਪੂਰੀ ਤਰ੍ਹਾਂ ਡਿਕਲੇਅਰ ਹੋਏਗਾ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਬੱਚੇ ਹੀ ਚੰਗੇ ਨੰਬਰਾਂ ਨਾਲ ਅੱਗੇ ਜਾਣਗੇ। ਖਾਸ ਕਰ ਅੱਜ ਜੇ ਆਪਾਂ ਪ੍ਰਭਜੀਤ ਦੀ ਗੱਲ ਕਰੀਏ, ਬੱਚਾ ਸ਼ੁਰੂ ਤੋਂ ਹੀ ਮਿਹਨਤੀ ਆ, ਔਰ ਇਹ ਮਿਹਨਤ ਕਰਵਾਉਣ ਦਾ ਸ਼੍ਰੇਅ ਜਿਹੜਾ ਜਾਂਦਾ ਆ ਇਹਨੂੰ ਪੜ੍ਹਾਉਣ ਵਾਲੇ ਸਾਰੇ ਟੀਚਰਸ ਨੂੰ ਜਾਂਦਾ ਆ, ਕਿਉਂਕਿ ਸਾਨੂੰ ਇਹ ਜ਼ਰੂਰ ਪਤਾ ਸੀਗਾ ਕਿ ਪ੍ਰਭਜੀਤ ਦੇ ਨੰਬਰ ਬਹੁਤ ਅੱਛੇ ਆਉਣਗੇ, ਪਰ ਇਹਨੂੰ ਇਸ ਲਾਇਕ ਬਣਾਉਣਾ,
ਕਿ ਬੱਚਾ ਮੈਰਿਟ ਵਾਲੇ ਬੱਚਿਆਂ ਨਾਲ ਕੰਪੀਟ ਕਰੇ। ਇਹਨੂੰ ਪੜ੍ਹਾਉਣ ਵਾਲੇ ਸਾਰੇ ਮੈਥ, ਸਾਇੰਸ, ਇੰਗਲਿਸ਼, ਪੰਜਾਬੀ, ਹਿੰਦੀ ਦੇ ਜਿੰਨੇ ਵੀ ਟੀਚਰਸ ਆ ਜਿਹੜੇ ਇਹਨੂੰ ਪੜ੍ਹਾਉਂਦੇ ਸੀ, ਉਹ ਸਾਰਿਆਂ ਨੇ ਬਹੁਤ ਮਿਹਨਤ ਨਾਲ ਬੱਚੇ ਨੂੰ ਇੱਕ ਇੱਕ ਨੰਬਰ ਲਈ ਫਾਈਟ ਕਰਨਾ ਦੱਸਿਆ। ਤੋ ਮੈਂ ਉਮੀਦ ਕਰਦਾ ਹਾਂ ਕਿ ਅੱਗੇ ਵੀ ਇਹਦੇ ਭਵਿੱਖ ਲਈ ਅਸੀਂ ਕਾਮਨਾ ਕਰਦੇ ਹਾਂ ਪਰਮਾਤਮਾ ਅੱਗੇ ਕਿ ਬੱਚਾ ਜਿਹੜੀ ਵੀ ਫੀਲਡ ਦੇ ਵਿੱਚ ਅੱਗੇ ਜਾਵੇ, ਨੋਨ ਮੈਡੀਕਲ ਜਾਣਾ ਚਾਹੁੰਦੀ ਹੈ, ਇੰਜੀਨੀਅਰ ਬਣਨਾ ਚਾਹੁੰਦੀ ਹੈ, ਅਸੀਂ ਆਪਣੇ ਵੱਲੋਂ, ਸਕੂਲ ਵੱਲੋਂ ਜੋ ਵੀ ਬੱਚੇ ਦੀ ਹੈਲਪ ਹੋ ਸਕੀ ਅਸੀਂ ਜ਼ਰੂਰ ਕਰਾਂਗੇ। ਇਸੇ ਤਰ੍ਹਾਂ ਹੀ ਸ਼੍ਰੀ ਮਹਾਵੀਰ ਜੈਨ ਮਾਡਲ ਸਕੂਲ ਦੀ ਲਵੀਨਾ ਨਰੂਲਾ ਨੇ ਵੀ 650 ਵਿੱਚੋਂ 628 ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਜਿੱਥੇ ਲਵੀਨਾ ਨਰੂਲਾ ਦੇ ਮਾਤਾ ਪਿਤਾ ਨੇ ਆਪਣੀ ਧੀ ਦੀ ਇਸ ਉਪਲਬਧੀ 'ਤੇ ਉਸਦਾ ਮੂੰਹ ਮਿੱਠਾ ਕਰਵਾਇਆ, ਉੱਥੇ ਹੀ ਉਹਨਾਂ ਸਕੂਲ ਦੇ ਮਿਹਨਤੀ ਸਟਾਫ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਹੀ ਉਹਨਾਂ ਦੀ ਧੀ ਨੇ ਉਹਨਾਂ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਲਵੀਨਾ ਨਰੂਲਾ ਨੇ ਕਿਹਾ ਕਿ ਉਹ ਇਸ ਦਾ ਸਾਰਾ ਕ੍ਰੈਡਿਟ ਆਪਣੇ ਸਕੂਲ ਸਟਾਫ ਅਤੇ ਮਾਤਾ ਪਿਤਾ ਨੂੰ ਦਿੰਦੇ ਨੇ। ਮੇਰਾ ਨਾਮ ਲਵੀਨਾ ਨਰੂਲਾ ਹੈ। ਮੇਰਾ ਸਕੂਲ ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਹੈ ਅਤੇ ਮੈਂ 10ਵੀਂ 'ਚੋਂ 96.62% ਮਾਰਕਸ ਪ੍ਰਾਪਤ ਕੀਤੇ ਨੇ। ਇਹਦਾ ਸ਼੍ਰੇ ਪੂਰਾ ਮੇਰੇ ਟੀਚਰਸ ਅਤੇ ਪੇਰੈਂਟਸ ਨੂੰ ਅਤੇ ਮੇਰੇ ਗ੍ਰੈਂਡ ਪੇਰੈਂਟਸ ਦੀ ਇੰਸਪੀਰੇਸ਼ਨ ਨੂੰ ਜਾਂਦਾ ਹੈ। ਟੋਟਲ ਅੰਕ ਕਿੰਨੇ ਪ੍ਰਾਪਤ ਕੀਤੇ ਬੇਟਾ? ਮੇਰੇ 650 ਵਿੱਚੋਂ 628। ਅਤੇ ਸਕੂਲ ਨੇਮ ਕਿਹੜੇ ਕਿਹੜੇ ਸਕੂਲ 'ਚ ਪੜ੍ਹਦੇ ਆਪਾਂ? ਸ਼੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ। ਕਿੱਥੇ ਸਕੂਲ? ਮਾਡਲ ਟਾਊਨ ਫੋੜਾ। ਮੈਂ ਇਹ ਮੈਸੇਜ ਦੇਣਾ ਚਾਹੂੰਗੀ ਕਿ ਸਾਨੂੰ ਆਪਣੇ ਪੇਰੈਂਟਸ ਦੀ ਹਰੇਕ ਗੱਲ ਮੰਨਣੀ ਚਾਹੀਦੀ ਹੈ, ਉਹ ਜਿਵੇਂ ਕਹਿਣ ਉਵੇਂ ਹੀ ਕਰਨਾ ਚਾਹੀਦਾ ਅਤੇ ਹਾਰਡ ਵਰਕ ਇਜ਼ ਦਾ ਕੀ ਟੂ ਸਕਸੈਸ, ਇਹ ਸਟਾਰਟਿੰਗ ਤੋਂ ਹੀ ਆਪਾਂ ਸੁਣਦੇ ਆਏ ਹਾਂ। ਐਂਡ ਇਹ ਗੱਲ ਸੱਚ ਹੈ ਕਿ ਹਾਰਡ ਵਰਕ ਕਰਨ ਨਾਲ ਹੀ ਅਸੀਂ ਜੋ ਆਪਣਾ ਸੋਚਿਆ ਟੀਚਾ ਉਹ ਪ੍ਰਾਪਤ ਕਰ ਸਕਦੇ ਹਾਂ। ਬੇਟਾ ਅੱਗੇ ਕੀ ਕਰਨਾ ਤੁਸੀਂ ਚਾਹੁੰਦੇ ਹੋ? ਮੈਂ ਨੀਟ ਦਾ ਐਗਜ਼ਾਮ ਦੇ ਕੇ ਫਿਰ MBBS ਕਰਨ ਤੋਂ ਬਾਅਦ ਕਾਰਡੀਓਲੋਜਿਸਟ ਬਣਨਾ ਚਾਹੁੰਦੀ ਹਾਂ। Thank you.